ਸੌਣ ਦੇ ਮਹੀਨੇ 'ਚ 5 ਦਿਨ ਕੱਪੜੇ ਨਹੀਂ ਪਾਉਂਦੀਆਂ ਇਸ ਪਿੰਡ ਦੀਆਂ ਔਰਤਾਂ। ਵਜ੍ਹਾ ਜਾਣ ਕੇ ਹੋ ਜਾਣਗੇ ਰੌਂਗਟੇ ਖੜੇ। 5 ਦਿਨ ਨਾ ਕੋਈ ਆਉਂਦਾ ਪਿੰਡ 'ਚ, ਨਾ ਕੋਈ ਜਾਂਦਾ ਬਾਹਰ। ਸਾਵਣ ਦਾ ਮਹੀਨਾ ਯਾਨੀ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਅਤੇ ਕੁਝ ਅਜਿਹੇ ਕਿੱਸੇ ਕਹਾਣੀਆਂ ਇਸ ਮਹੀਨੇ ਦੇ ਨਾਲ ਜੁੜੇ ਹੋਏ ਨੇ ਜੋ ਧਾਰਮਿਕ ਪੱਖੀ ਵੀ ਨੇ, ਪਰ ਅੱਜ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਮੈਨੂੰ ਲੱਗਿਆ ਕਿ ਤੁਹਾਨੂੰ ਇਸ ਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਰੰਪਰਾਵਾਂ ਚੱਲਦੀਆਂ ਨੇ। ਇਹ ਵੀ ਇੱਕ ਅਜਿਹੀ ਹੀ ਪਰੰਪਰਾ ਹੈ, ਪਰ ਇਸਦੀ ਪਿਛੋਕੜ ਜੋ ਹੈ ਉਸਨੂੰ ਸੁਣ ਕੇ ਤੁਸੀਂ ਡਰ ਜਾਓਗੇ, ਦੰਗ ਰਹਿ ਜਾਓਗੇ। ਇੱਕ ਅਜਿਹਾ ਪਿੰਡ ਹੈ ਭਾਰਤ ਦਾ ਜਿੱਥੇ ਸੌਣ ਦੇ ਮਹੀਨੇ 5 ਦਿਨ ਔਰਤਾਂ ਕੱਪੜੇ ਨਹੀਂ ਪਾਉਂਦੀਆਂ। ਪਰ ਸਵਾਲ ਖੜਾ ਹੁੰਦਾ ਕਿ ਜੇਕਰ ਉਹ ਕੱਪੜੇ ਨਹੀਂ ਪਾਉਂਦੀਆਂ ਤਾਂ ਕੀ ਪਾਉਂਦੀਆਂ ਨੇ? ਤੁਹਾਨੂੰ ਇਹ ਵੀ ਹੁਣੇ ਹੀ ਦੱਸ ਦਿੰਦੇ ਹਾਂ ਕਿ ਔਰਤਾਂ ਆਪਣੀ ਮਰਜ਼ੀ ਦੇ ਨਾਲ ਇੱਕ ਉੱਨ ਦਾ ਸਵੈਟਰ ਟਾਈਪ ਲੰਬਾ ਜਿਹਾ ਪਾਉਂਦੀਆਂ ਨੇ, ਪਰ ਕੱਪੜੇ ਨਾ ਪਾਉਣ ਦੇ ਪਿੱਛੇ ਕਹਾਣੀ ਕੀ ਹੈ? ਕਹਾਣੀ ਬਹੁਤ ਡਰਾਵਨੀ ਹੈ, ਜਿਸ ਦੇ ਕਰਕੇ ਅਜਿਹੀ ਪਰੰਪਰਾ ਸ਼ੁਰੂ ਹੋਈ ਹੈ। ਇੱਕ ਦੇਵਤਾ ਦੇ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਦੇਵਤਾ ਇਹਨਾਂ ਦੇ ਪਿੰਡ ਦੇ ਵਿੱਚ ਆਉਂਦੇ ਨੇ ਤਾਂ ਉਸ ਦੌਰਾਨ ਇਹ ਪਰੰਪਰਾ ਸ਼ੁਰੂ ਹੁੰਦੀ ਹੈ। ਅਤੇ ਜਦੋਂ ਇਹ 5 ਦਿਨ ਹੁੰਦੇ ਨੇ ਸੌਣ ਦੇ ਮਹੀਨੇ ਦੇ, ਨਾ ਹੀ ਕੋਈ ਬਾਹਰਲਾ ਬੰਦਾ ਇਸ ਪਿੰਡ ਦੇ ਵਿੱਚ ਪੈਰ ਰੱਖਦਾ ਅਤੇ ਨਾ ਹੀ ਕੋਈ ਬਾਹਰ ਜਾਂਦਾ। ਇੱਕ ਸਮਾਗਮ ਦੀ ਤਰ੍ਹਾਂ, ਇੱਕ ਵਿਆਹ ਦੀ ਤਰ੍ਹਾਂ ਇੱਥੋਂ ਦੀਆਂ ਔਰਤਾਂ ਇਸ 5 ਦਿਨਾਂ ਦੇ ਵਿੱਚ ਸਾਰੇ ਜੋ ਨੇ ਰੀਤੀ ਰਿਵਾਜ਼ ਕਰਦੀਆਂ ਨੇ, ਸਾਰਾ ਕੁਝ ਮੰਨਿਆ ਜਾਂਦਾ। ਪਰ ਅੱਜ ਕੱਲ੍ਹ ਡਿਵੈਲਪਮੈਂਟ ਹੋ ਚੁੱਕੀ ਹੈ, ਬਹੁਤ ਸਾਰੀਆਂ ਔਰਤਾਂ ਇਸਨੂੰ ਉਸ ਪਿੰਡ ਦੇ ਵਿੱਚ ਹੁਣ ਨਹੀਂ ਮੰਨਦੀਆਂ, ਪਰ ਜੋ ਮੰਨਦੀਆਂ ਨੇ ਪੂਰੇ ਤਨਦੇਹੀ ਦੇ ਨਾਲ ਮੰਨਦੀਆਂ ਨੇ। ਆਖਿਰ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ? ਕਿਹੜੇ ਦੇਵਤਾ ਆਉਂਦੇ ਨੇ? ਕਿਉਂ ਇਹ ਪਰੰਪਰਾ ਸ਼ੁਰੂ ਹੁੰਦੀ ਹੈ? ਆਓ ਦੇਖਦੇ ਹਾਂ। ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ, ਅਜਿਹੇ 'ਚ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਇਸ ਪਵਿੱਤਰ ਮਹੀਨੇ ਦੇ ਵਿੱਚ ਆਪਣੀਆਂ ਪਰੰਪਰਾਵਾਂ ਮੁਤਾਬਕ ਕਈ ਅਜਿਹੇ ਕੰਮ ਕਰਦੇ ਨੇ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਅਜਿਹੇ ਪਿੰਡ ਦੀ ਕਹਾਣੀ ਦੱਸਦੇ ਹਾਂ ਜਿੱਥੇ ਸੌਣ ਦੇ ਮਹੀਨੇ ਦੇ ਵਿੱਚ ਔਰਤਾਂ 5 ਦਿਨਾਂ ਤੱਕ ਕੱਪੜੇ ਨਹੀਂ ਪਹਿਨਦੀਆਂ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਉੱਥੋਂ ਦੀਆਂ ਔਰਤਾਂ ਅਜਿਹਾ ਕਿਉਂ ਕਰਦੀਆਂ ਨੇ ਅਤੇ ਕੀ ਇਸ ਪਿੰਡ ਦੇ ਵਿੱਚ ਪੁਰਸ਼ਾਂ ਲਈ ਵੀ ਕੋਈ ਨਿਯਮ ਲਾਗੂ ਨੇ। ਸੋ ਹੁਣ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਹ ਪਿੰਡ ਕਿਹੜਾ ਅਤੇ ਕਿੱਥੇ ਪੈਂਦਾ। ਅੱਜ ਅਸੀਂ ਜਿਸ ਭਾਰਤੀ ਪਿੰਡ ਦੀ ਗੱਲ ਕਰ ਰਹੇ ਹਾਂ ਉਹ ਹਿਮਾਚਲ ਪ੍ਰਦੇਸ਼ ਦੀ ਮਨੀਕਰਨ ਘਾਟੀ ਦੇ ਵਿੱਚ ਸਥਿਤ ਹੈ। ਇਸ ਪਿੰਡ ਦਾ ਨਾਮ ਪਿੰਨੀ ਪਿੰਡ ਹੈ। ਇੱਥੇ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇੱਥੋਂ ਦੀਆਂ ਔਰਤਾਂ ਸਾਵਣ ਦੇ ਮਹੀਨੇ ਦੇ 5 ਖਾਸ ਦਿਨਾਂ ਦੇ ਲਈ ਕੱਪੜੇ ਨਹੀਂ ਪਾਉਂਦੀਆਂ। ਇਹੀ ਕਾਰਨ ਹੈ ਕਿ ਇਹਨਾਂ 5 ਦਿਨਾਂ ਦੌਰਾਨ ਪਿੰਡ ਦੇ ਵਿੱਚ ਬਾਹਰੀ ਵਿਅਕਤੀਆਂ ਦੇ ਦਾਖਲੇ 'ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੈ। ਸੋ ਹੁਣ ਸਵਾਲ ਖੜਾ ਹੁੰਦਾ ਕਿ ਅਜਿਹਾ ਕਿਉਂ ਕੀਤਾ ਜਾਂਦਾ। ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਸ ਦੇ ਲਈ ਇੱਥੇ ਬਹੁਤ ਸਾਰੀਆਂ ਅਜਿਹੀਆਂ ਪਰੰਪਰਾਵਾਂ ਨੇ ਜੋ ਕਿ ਹੋਰ ਕਿਤੇ ਨਜ਼ਰ ਨਹੀਂ ਆਉਂਦੀਆਂ। ਸਾਵਣ ਦੇ ਵਿੱਚ 5 ਦਿਨ ਕੱਪੜੇ ਨਾ ਪਾਉਣ ਦੀ ਪਰੰਪਰਾ ਵੀ ਸਦੀਆਂ ਪੁਰਾਣੀ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਹੈ। ਦਰਅਸਲ ਇੱਕ ਸਮੇਂ ਇਸ ਪਿੰਡ ਦੇ ਵਿੱਚ ਭੂਤਾਂ ਦਾ ਇੰਨਾ ਆਤੰਕ ਸੀ ਕਿ ਪਿੰਡ ਵਾਸੀਆਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਸੀ। ਜਦੋਂ ਭੂਤਾਂ ਦਾ ਆਤੰਕ ਵੱਧ ਗਿਆ ਤਾਂ ਲਹੂਆਂ ਕੋਂਡ ਨਾਮਕ ਦੇਵਤਾ ਇਸ ਪਿੰਡ ਦੇ ਵਿੱਚ ਆਇਆ ਤਾਂ ਉਹਨਾਂ ਨੇ ਦੈਂਤ ਨੂੰ ਮਾਰ ਕੇ ਪਿੰਡ ਵਾਸੀਆਂ ਨੂੰ ਬਚਾਇਆ। ਕਿਹਾ ਜਾਂਦਾ ਕਿ ਜਦੋਂ ਵੀ ਭੂਤ ਪਿੰਡ ਦੇ ਵਿੱਚ ਆਉਂਦੇ ਸਨ ਉਹ ਚੰਗੇ ਕੱਪੜੇ ਵਾਲੀਆਂ ਔਰਤਾਂ ਨੂੰ ਲੈ ਜਾਂਦੇ ਸਨ। ਇਹੀ ਕਾਰਨ ਹੈ ਕਿ ਅੱਜ ਵੀ ਸਾਵਣ ਦੇ ਇਹਨਾਂ 5 ਦਿਨਾਂ ਦੌਰਾਨ ਔਰਤਾਂ ਕੱਪੜੇ ਨਹੀਂ ਪਾਉਂਦੀਆਂ।
ਸੋ ਹੁਣ ਸਵਾਲ ਖੜਾ ਹੁੰਦਾ ਕਿ ਫਿਰ ਔਰਤਾਂ ਪਾਉਂਦੀਆਂ ਕੀ ਨੇ। ਅੱਜ ਪਿੰਨੀ ਪਿੰਡ ਦੇ ਵਿੱਚ ਹਰ ਔਰਤ ਇਸ ਪਰੰਪਰਾ ਦਾ ਪਾਲਣ ਨਹੀਂ ਕਰਦੀ ਹੈ, ਪਰ ਜਿਹੜੀਆਂ ਔਰਤਾਂ ਇਸ ਪਰੰਪਰਾ ਦਾ ਪਾਲਣ ਕਰਦੀਆਂ ਨੇ ਉਹ ਇਹਨਾਂ 5 ਦਿਨਾਂ ਦੌਰਾਨ ਆਪਣੀ ਮਰਜ਼ੀ ਦੇ ਨਾਲ ਉਹਨਾਂ ਦਾ ਬਣਿਆ ਪਟਕਾ ਪਹਿਨਦੀਆਂ ਨੇ। ਇਹਨਾਂ 5 ਦਿਨਾਂ ਦੌਰਾਨ ਔਰਤਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ। ਇਸ ਪਰੰਪਰਾ ਨੂੰ ਪਿੰਡ ਦੀਆਂ ਵਿਆਹਤਾ ਔਰਤਾਂ ਖਾਸ ਕਰਕੇ ਪਾਲਦੀਆਂ ਨੇ। ਸੋ ਇਸ ਤੋਂ ਬਾਅਦ ਇੱਕ ਸਵਾਲ ਇਹ ਵੀ ਆਉਂਦਾ ਕਿ ਮਰਦਾਂ ਲਈ ਵੀ ਕੋਈ ਅਜਿਹਾ ਨਿਯਮ ਹੈ? ਤਾਂ ਅਜਿਹਾ ਨਹੀਂ ਹੈ। ਇਸ ਪਿੰਡ ਦੇ ਵਿੱਚ ਸਿਰਫ ਔਰਤਾਂ ਲਈ ਹੀ ਇਹ ਨਿਯਮ ਹੈ। ਮਰਦਾਂ ਲਈ ਨਿਯਮ ਹੈ ਕਿ ਉਹ ਸਾਵਣ ਦੇ ਮਹੀਨੇ ਸ਼ਰਾਬ ਅਤੇ ਮਾਸ ਦਾ ਸੇਵਨ ਨਹੀਂ ਕਰਨਗੇ। ਇਹਨਾਂ ਵਿਸ਼ੇਸ਼ 5 ਦਿਨਾਂ ਦੌਰਾਨ ਇਸ ਪਰੰਪਰਾ ਦਾ ਪਾਲਣ ਕਰਨਾ ਸਭ ਤੋਂ ਮਹੱਤਵਪੂਰਨ ਹੈ। ਇਸ ਪਰੰਪਰਾ ਅਨੁਸਾਰ ਇਹਨਾਂ 5 ਦਿਨਾਂ ਦੌਰਾਨ ਪਤੀ ਪਤਨੀ ਇੱਕ ਦੂਜੇ ਵੱਲ ਦੇਖ ਕੇ ਮੁਸਕਰਾ ਵੀ ਨਹੀਂ ਸਕਦੇ। ਜੇ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਤਾਂ ਤੁਸੀਂ ਇਸ ਪਿੰਡ 'ਚ ਜਾ ਸਕਦੇ ਹੋ। ਹਾਲਾਂਕਿ ਸਾਵਣ ਦੇ ਇਹਨਾਂ 5 ਦਿਨਾਂ ਦੌਰਾਨ ਤੁਹਾਨੂੰ ਇਸ ਪਿੰਡ ਦੇ ਵਿੱਚ ਦਾਖਲਾ ਨਹੀਂ ਮਿਲੇਗਾ। ਪਿੰਡ ਵਾਸੀ ਇਹਨਾਂ 5 ਦਿਨਾਂ ਨੂੰ ਬਹੁਤ ਪਵਿੱਤਰ ਮੰਨਦੇ ਨੇ ਅਤੇ ਤਿਉਹਾਰ ਵਾਂਗ ਮਨਾਉਂਦੇ ਨੇ। ਅਜਿਹੇ 'ਚ ਉਹ ਇਹਨਾਂ 5 ਦਿਨਾਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਆਪਣੇ ਪਿੰਡ 'ਚ ਦਾਖਲ ਨਹੀਂ ਹੋਣ ਦਿੰਦੇ। ਸੋ ਜੇਕਰ ਤੁਸੀਂ ਇਸ ਪਿੰਡ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਹੋ, ਇਸ ਪਿੰਡ ਨੂੰ ਦੇਖਣਾ ਚਾਹੁੰਦੇ ਹੋ, ਘੁੰਮਣਾ ਚਾਹੁੰਦੇ ਹੋ, ਤਾਂ ਇਹਨਾਂ 5 ਦਿਨਾਂ ਨੂੰ ਛੱਡ ਕੇ ਤੁਸੀਂ ਇਸ ਪਿੰਨੀ ਪਿੰਡ ਦੇ ਵਿੱਚ ਜਾ ਸਕਦੇ ਹੋ ਅਤੇ ਇੱਥੇ ਦੀ ਪਰੰਪਰਾ ਅਤੇ ਇਤਿਹਾਸ ਜਾਣ ਸਕਦੇ ਹੋ।